ਦੇਖੋ ਕਿਸੇ ਦਾ ਵੀ ਸੰਸਾਰ ਤੋਂ ਚਲੇ ਜਾਣ ਨਾਲ ਦੁੱਖਦਾਇਕ ਹੈ। ਸਾਡੇ ਵਿਚਾਰਕ ਮਤਭੇਦ ਬਹੁਤ ਹੋ ਸਕਦੇ ਨੇ, ਵਿਚਾਰਕ ਤੌਰ 'ਤੇ ਸਾਡੀ ਸੋਚ ਹੋਰ ਹੋ ਸਕਦੀ ਹੈ, ਉਹਨਾਂ ਦੀ ਹੋਰ ਹੋ ਸਕਦੀ ਹੈ, ਪਰ ਕਿਸੇ ਇਨਸਾਨ ਦਾ ਦੁਨੀਆਂ ਤੋਂ ਚਲੇ ਜਾਣਾ ਦੁੱਖਦਾਇਕ ਹੁੰਦਾ। ਮੈਂ ਤਾਂ ਇਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ।